ਅਲੈਕਮ ਜਿੰਨਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਖੈਰ ਖਰੀਦ ਨਾਲ ਹੋਵੋਗੇ ਆ ਤੁਸੀਂ ਦੇਖਦੇ ਹੋਣੇ ਕਿ ਹਰ ਤਰਫ ਹਨੇਰਾ ਹੀ ਹਨੇਰਾ ਅੱਜ ਤੋਂ ਮੈਂ ਗੁਜ਼ਰ ਰਿਹਾ ਸੀ ਤਾਂ ਇੱਕ ਦੋਸਤ ਤੇ ਪਾਣੀ ਲਾ ਰਿਹਾ ਸੀ ਤੇ ਇਹਨੂੰ ਪੁੱਛਦੇ ਆ ਆ ਭਾਈ ਕੀ ਨਾਮ ਤੁਹਾਡਾ ਨਦੀਨ ਤੇ ਭਾਈ ਨੇ ਕੀ ਕਰ ਰਹੇ ਆ ਇਸ ਟਾਈਮ ਐਡੀ ਕਿਹੜੀ ਮਜਬੂਰੀ ਐਨੀ ਰਾਤ ਤੁਸੀਂ ਇੱਥੇ ਖੇਤਾਂ ਚ ਰੋਲਦੇ ਫਿਰਦੇ ਆ ਭਾਈ ਨੇ ਪਾਣੀ ਲਾ ਰਹੇ ਕਾਨੂੰ ਪੱਠਿਆਂ ਨੂੰ ਪੱਠਿਆਂ ਨੂੰ ਕਿਹੜੇ ਪੱਠਿਆਂ ਨੂੰ ਬਰਸੀਂਦਿਆਂ ਨੂੰ अच्छा अच्छा कि ਪਟਾ ਸੋਕਦੇ ਸੀ ਹਾਂਜੀ ਤੇ ਇਹ ਅੱਛਾ ਪਟਾ ਪਾਣੀ ਮੰਗਣੇ ਸੀ ਤੇ ਪਾਣੀ ਤੁਸੀਂ ਦੇਖ ਲਓ ਦੋਸਤ ਕਿ ਜ਼ਿੰਮੇਦਾਰਾ ਕਿੰਨਾ ਔਖਾ ਕੰਮ ਆ ਤੇ ਆ ਤੁਸੀਂ ਸ਼ਹਿਰ ਵਾਲੇ ਲੋਕ ਬੈਠੇ ਕਹਿ ਦਿੰਦੇ ਆ ਜੀ ਕਿ ਜ਼ਿੰਮੇਦਾਰਾ ਇਹ ਤੇ ਵੇਲੇ ਆ ਤੇ ਇਹਵੇਂ ਆ ਇਹ ਭਾਜ ਨੇ ਬਹੁਤ ਔਖਾ ਕੰਮ ਆ ਤੁਸੀਂ ਦੁੱਧ ਪੀਨੇ ਇੱਥੇ ਘਰ ਇੱਥੇ ਨਾ ਪਾਣੀ ਆਲਾ ਤੇ ਤੁਸੀਂ ਬੜੇ ਰਾਜ਼ੀ ਰਹਿੰਦੇ ਜੀ ਕਿ ਇਹ ਬੜਾ ਚੰਗਾ ਕੰਮ ਆ ਸਾਨੂੰ ਤੋਂ ਘਰ ਬਿਠਾ ਹੋ ਰਿਹਾ ਵਾਦ ਆ ਮੌਸਮ ਮਾੜਾ ਥੋੜਾ ਬਹੁਤਾ ਖਰਾਬ ਹੁੰਦਾ ਵਾ ਉੱਚ ਨੇ ਚ ਹੁੰਦੀ ਆ ਤੇ ਜ਼ਿੰਮੇਦਾਰ ਚਰਾਂਦੇ ਜਾਨ ਓਖੇ ਹੁੰਦੀ ਆ ਕਿ ਸਾਡੇ ਫਸਲ ਦਾ ਕੀ ਬਣੇਗਾ ਤੇ ਆ ਦੇਖ ਲੋ ਨਾ ਇਹਨਾਂ ਨੂੰ ਦਿਨ ਨੂੰ ਸਕੂਨ ਚਾਰਾਂ ਨੂੰ ਬਾਹਰ ਤੇ ਜੰਗਲਾਂ ਨੂੰ ਪੱਠੇ ਆ ਠੀਕ ਆ ਉਹਦਾ ਗੋਇਆ ਕੁੜਾ ਕਰਦੇ ਇਸ ਟਾਈਮ ਵੀ ਰਾਤ ਨੂੰ ਵੀ ਹੈ ਵਿਚਾਰੇ ਅੱਧੀ ਅੱਧੀ ਰਾਤੀ ਪਾਣੀ ਲਾਉਂਦੇ ਆ ਫਸਲਾਂ ਨੂੰ ਠੀਕ ਆ ਇਹ ਕਾਦੇ ਵਾਸਤੇ ਮੁਲਕ ਵਾਸਤੇ ਕਰਦੇ ਆ ਤੁਹਾਡੇ ਸਾਰਿਆਂ ਵਾਸਤੇ ਕਰਦੇ ਆ ਤੇ ਇਹਨਾਂ ਦਾ ਅਹਿਸਾਸ ਕਰਿਆ ਕਰੋ ਤੁਕੋ ਥੋੜਾ ਜਨਾ ਕੋ ਸਾਰੇ ਭਰਾ ਕੋ ਸ਼ਰਮ ਕਰਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਮਿਹਰਬਾਨੀ ਅੱਲਾਹ ਹਾਫਿਜ਼